ਛੋਟੀ ਜਿਹੀ ਗੱਲ ਨੂੰ ਲੈ ਕੇ ਇੱਕ ਨੌਜਵਾਨ ਦੀ ਬਹਿਸ ਹੋਈ ਤਾਂ ਮੁਲਜ਼ਮ ਨੇ ਬਹੁਤ ਹੀ ਬੇਰਹਿਮੀ ਦੇ ਨਾਲ ਨੌਜਵਾਨ ਦਾ ਕਤਲ ਕਰ ਦਿੱਤਾ। ਦਰਅਸਲ ਢਾਬੇ ਤੇ ਇੱਕ ਟੈਕਸੀ ਡਰਾਈਵਰ ਜਤਿੰਦਰਪਾਲ ਸਿੰਘ ਨਾਮਕ ਨੌਜਵਾਨ ਆਪਣੀ ਮਹਿਲਾ ਦੋਸਤ ਦੀ ਕੁੱਟਮਾਰ ਕਰ ਰਿਹਾ ਸੀ ਤੇ ਜਦੋਂ ਮੋਟਰਸਾਈਕਲ ਸਵਾਰ ਨੇ ਉਸ ਨੂੰ ਟੋਕਿਆ ਕਿ ਉਹ ਅਜਿਹਾ ਨਾ ਕਰੇ, ਪਰ ਇਸ ਵਿਚਾਲੇ ਦੋਵਾਂ ਦੀ ਬਹਿਸ ਹੋ ਜਾਂਦੀ ਹੈ ਤੇ ਖੁੰਦਕ ਦੇ ਵਿੱਚ ਆ ਕੇ ਟੈਕਸੀ ਡਰਾਈਵਰ ਨੇ ਪਹਿਲਾਂ ਤਾਂ ਉਸ ਨੌਜਵਾਨ ਦਾ ਪਿੱਛਾ ਕੀਤਾ ਤੇ ਫਿਰ ਉਸਦੀ ਬਾਈਕ 'ਚ ਆਪਣੀ ਗੱਡੀ ਮਾਰੀ ਤੇ ਉਸਨੂੰ ਥੱਲੇ ਗਿਰਾ ਦਿੱਤਾ, ਜਿਸ ਤੋਂ ਬਾਅਦ ਉਸਦੇ ਸਿਰ ਦੇ ਵਿੱਚ ਰੋਡ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਅਤੇ ਇਸ ਵਾਰਦਾਤ ਦੇ ਵਿੱਚ ਮ੍ਰਿਤਕ ਨੌਜਵਾਨ ਦੀ ਭੈਣ ਵੀ ਜ਼ਖਮੀ ਹੋਈ ਹੈ, ਜਿਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਘਟਨਾ ਨੂੰ ਅੰਜਾਮ ਟੈਕਸੀ ਡਰਾਈਵਰ ਜਤਿੰਦਰਪਾਲ ਸਿੰਘ ਨੇ ਦਿੱਤਾ ਹੈ, ਜੋ ਜ਼ਿਰਕਪੁਰ ਦਾ ਰਹਿਣ ਵਾਲਾ ਹੈ, ਪਰ ਮੁਲਜ਼ਮ ਮੂਲ ਰੂਪ ਤੋਂ ਮਲੇਰਕੋਟਲਾ ਦਾ ਰਹਿਣ ਵਾਲਾ ਹੈ, ਜਿਸ ਨੂੰ ਬਿਲੋਂਗੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਸ ਘਟਨਾ ਤੋਂ ਬਾਅਦ ਮੋਹਾਲੀ ਜ਼ਿਲ੍ਹੇ ਦੇ ਸਨੀ ਇਨਕਲੇਵ ਦੇ ਬਲੌਂਗੀ ਇਲਾਕੇ ਦੇ ਵਿੱਚ ਸਨਸਨੀ ਵਾਲਾ ਮਾਹੌਲ ਬਣ ਗਿਆ। ਫਿਲਹਾਲ ਪੁਲਿਸ ਨੇ ਮੁਲਜ਼ਮ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ। ਦੇਦਾਰ ਜੀ ਕਹਿੰਦਾ ਆਪਣੇ ਕੁਛ ਮੁੰਡੇ ਤੋਂ ਉੱਥੇ ਆਈਸਕ੍ਰੀਮ ਖਾਣ ਵਾਸਤੇ ਆਏ ਹੋਏ ਸੀਗੇ ਜੀ, ਇੱਕ ਮੁੰਡਾ ਤੇ ਦੋ ਕੁੜੀਆਂ ਦੇ ਨਾਲ, ਤੇ ਦੂਸਰਾ ਜਿਹੜਾ ਮੁੰਡਾ ਜਿਹਦਾ ਕਤਲ ਹੋਇਆ ਜੀ, ਉਹ ਆਪਣੀ ਮੂੰਹ ਬੋਲੀ ਭੈਣ ਨਾਲ ਤੇ ਦੋਸਤ ਨਾਲ ਉੱਥੇ ਖਾਣਾ ਖਾਣ ਵਾਸਤੇ ਆਇਆ ਸੀਗਾ ਜੀ, PB22 ਕੋਈ ਢਾਬਾ ਹੈਗਾ ਸਿਟੀ ਖੰਡ ਵਿੱਚ। ਉਸ ਤੋਂ ਬਾਅਦ ਇਹਨਾਂ ਦੀ ਕੋਈ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਬਹਿਸਬਾਜ਼ੀ ਹੋ ਜਾਂਦੀ ਉੱਥੇ, ਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਅੱਗੇ ਚੱਲ ਕੇ ਉਹ ਜਿਹੜਾ ਟੈਕਸੀ ਡਰਾਈਵਰ ਹੈ, ਜਿਹੜਾ ਮੁੰਡਾ ਜੋ ਕੁੜੀਆਂ ਨਾਲ ਸੀਗਾ, ਉਸਨੇ ਇਹਨਾਂ ਦੇ ਬਾਈਕ ਵਿੱਚ ਟੱਕਰ ਮਾਰੀ ਹੈ ਜੀ। ਉਸ ਤੋਂ ਬਾਅਦ ਇਹਨਾਂ ਦੀ ਬਹਿਸਬਾਜ਼ੀ ਹੋ ਜਾਂਦੀ ਤੇ ਹੱਥੋਪਾਈ ਹੋ ਜਾਂਦੀ ਉੱਥੇ। ਉਸ ਤੋਂ ਬਾਅਦ ਲੋਕਾਂ ਨੇ ਉੱਥੇ ਉਹਨਾਂ ਦਾ ਚੁੱਪ ਚੜਾਈਆ ਕਰਵਾ ਦਿੰਦੇ ਨੇ। ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਜਿਹੜਾ ਉਸਦੀ ਮੂੰਹ ਬੋਲੀ ਭੈਣ ਤੇ ਦੂਸਰੇ ਸਾਥੀ ਨਾਲ, ਦੂਸਰੇ ਮੋਟਰਸਾਈਕਲ ਤੇ ਸਵਾਰ ਸੀਗਾ, ਇਹ ਖਰੜ ਵਾਲੀ ਸਾਈਡ ਤੋਂ ਆਪਣੇ ਮੋਹਾਲੀ ਫੇਸਬੁੱਕ ਵਾਲੀ ਸਾਈਡ ਆ ਰਹੇ ਸੀਗੇ। ਜਦੋਂ ਇਹ ਆਪਣੇ ਪੁਲ ਦੇ ਉੱਪਰ, ਫਲਾਈਓਵਰ ਦੇ ਉੱਪਰ, BR ਮੋਲ ਦੇ ਅਪੋਜਿਟ ਸਾਈਡ ਸੀਗੇ, ਦਾਊਂ ਬਾਹਰ ਉੱਥੇ ਆ ਕੇ ਪਿੱਛੋਂ ਲਿਆ ਕੇ ਕਾਰ ਵਾਲੇ ਨੇ ਇੱਕ ਜਿਹੜਾ ਮੋਟਰਸਾਈਕਲ ਤੇ ਲੜਕਾ ਤੇ ਲੜਕੀ ਸਵਾਰ ਸੀਗੇ ਉਹਦੇ ਪਿੱਛੋਂ ਟੱਕਰ ਮਾਰੀ ਹੈ ਜੀ। ਟੱਕਰ ਮਾਰਨ ਤੋਂ ਬਾਅਦ ਜਦੋਂ ਡਿੱਗ ਪੈਂਦੇ ਨੇ ਤੇ ਆਪਣੀ ਗੱਡੀ ਵਿੱਚੋਂ ਇੱਕ ਡੰਡਾ ਕੱਢ ਕੇ ਮੁੰਡੇ ਦੇ ਸਿਰ ਤੇ ਇਹ ਵਾਰ ਕਰ ਦਿੰਦਾ, 3 ਵਾਰ ਕਰਦਾ ਹੈ ਜੀ ਇਹ, ਤੇ ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਜਿਹੜਾ ਪਿੱਛੇ ਵਾਲਾ ਮੁੰਡਾ ਸੀਗਾ, ਦੋਸਤਾਂ PG ਮੇਟ ਸੀਗਾ, ਦੂਸਰਾ ਮੁੰਡਾ ਮਰਨ ਵਾਲੇ ਦਾ, ਇਹ ਉਸਦੇ ਪਿੱਛੇ ਦੌੜਦਾ ਹੈ ਡੰਡਾ ਲੈ ਕੇ ਤੇ ਉਹ ਵੀ ਆਪਣੀ ਭੱਜ ਕੇ ਉੱਥੋਂ ਜਾਨ ਬਚਾਉਂਦਾ ਹੈ ਜੀ। ਨਹੀਂ, ਮਾਰਨ ਵਾਲਾ ਔਰ ਮਰਨ ਵਾਲਾ ਜਿਹੜਾ ਹੈਗਾ ਉਹ ਆਪਸ ਵਿੱਚ ਨਹੀਂ ਜਾਣਦੇ ਸੀਗੇ, ਉਹਨਾਂ ਦੀ ਉੱਥੇ ਕੋਈ ਕਿਸੇ ਗੱਲ ਨੂੰ ਲੈ ਕੇ ਤਕਰਾਰਬਾਜ਼ੀ ਹੁੰਦੀ ਹੈ, ਜਿਹੜਾ ਆਪਣਾ ਨਿੱਜਰ ਚੌਂਕ ਦੇ ਆਸ ਪਾਸ ਜਿਹੜਾ ਢਾਬਾ ਹੈਗਾ ਉੱਥੇ, ਤੇ ਉਸ ਤੋਂ ਬਾਅਦ ਇਹ ਅੱਗੇ ਜਾ ਕੇ ਉਸਦਾ ਕਤਲ ਕਰ ਦਿੰਦਾ ਜੀ ਆ ਕੇ। ਉਸ ਤੋਂ ਬਾਅਦ ਭੱਜ ਗਿਆ ਸੀਗਾ ਜੀ, ਜੋ ਅਸੀਂ ਕੁਛ ਇੱਕ ਘੰਟਿਆਂ ਵਿੱਚ ਇਸਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਹਾਂਜੀ, ਅਸੀਂ ਕੋਰਟ ਵਿੱਚ ਇਸਨੂੰ ਪੇਸ਼ ਕਰਕੇ 2 ਦਿਨ ਦਾ ਪੁਲਿਸ ਰਿਮਾਂਡ ਲੈ ਚੁੱਕੇ ਹਾਂ ਜੀ। ਹਾਂਜੀ, ਇਸਦਾ ਜੋ ਮਰਡਰ ਵੈਪਨ ਸੀਗਾ, ਜੋ ਡੰਡਾ ਸੀਗਾ, ਅਸੀਂ ਉਹਨੂੰ ਬਰਾਮਦ ਕਰ ਲਿਆ ਦਫਾ 27 ਦੇ ਤਹਿਤ। ਹਾਂਜੀ, ਜਿਹੜਾ ਮੁੰਡੇ ਦਾ ਕਤਲ ਹੋਇਆ ਜੀ, ਉਸਦਾ ਨਾਮ ਜਤਿੰਦਰ ਸਿੰਘ ਹੈਗਾ, ਇਹ ਪਿੰਡ ਕਕਰਾਲਾ ਜਿਹੜਾ ਥਾਣਾ ਪਸਿਆਣੇ ਵਿੱਚ, ਡਿਸਟ੍ਰਿਕਟ ਪਟਿਆਲੇ ਵਿੱਚ ਪੈਂਦਾ ਹੈ। ਉਸਦਾ ਉਹ ਵਿਆਹ ਹੋਇਆ ਜੀ, ਉਸਦੀ ਉਮਰ 31 ਸਾਲ ਸੀਗੀ ਤੇ ਉਸਦੇ ਕੋਲ ਇੱਕ ਜਿਹੜਾ 2.5 ਸਾਲ ਦਾ ਬੇਟਾ ਹੈਗਾ।